खबर गुरदासपुर तो सामने आ रही है। तुहानूं दस दिंदे आ संयुक्त किसान मोर्चा गैर राजनीतिक दे वल्लों अज पंजाब दे 10 हाईवे जाम किए गए ने। जिला गुरदासपुर दे विच अमृतसर जम्मू कश्मीर हाईवे जाम किया गया, जिथे किसानों का कहना सी कि पंजाब दे मुख्यमंत्री भगवंत मान दे वल्लों साडे नाल वादा खिलाफी की गई है। साडे नाल मीटिंग करके साडी कोई भी मंग नहीं मनी गई। साडियां मंगा बहुत जायज़ ने, जेकर साडियां जायज़ मंगा वल मुख्यमंत्री भगवंत मान दे वल्लों ध्यान ना दिता गया तां इह धरना अनमिथे समय दे लई जारी रहेगा। और की कहना सी उन्हां दा आओ सुनाउंदे आ तुहानू। उन्हां मंगां दे विच उन्हां मीटिंगां दे विच साडियां जिहड़ियां मंगां ने उह मन के वी सरकार जिहड़ी है उह मुकरदी है, उहनां नूं लागू नहीं कर रही। कह लो कि एक दो मंगां नूं छड्ड के सारियां उवें दीआं उवें ने। की मंगां की ने? मंगां साडियां देखो इह ने जी, साढ़े 2007 दी पॉलिसी वाले 70,000 एकड़ रकबा है जिहदा इंतकाल रद्द कीता है पिछे अकाली सरकार ने। भगवंत मान जी मने सी कि असीं उन्हां नूं बहाल करांगे। आबादकार किसानां दीआं जमीनां उन्हां नूं मालकाना हक देण दी जिहड़ी है इन्हां ने गल कीती सी। साडे कोले इह पराली दा देखो आ गया 10,000 मुलाजम इन्हां तैनात कीता है कि किसानां नूं जिहड़ा सबक सिखाउणा है। रैड एंट्रियां कीतियां जाणगियां जिहड़ा पराली साड़ूगा तां मन के 2500 रुपया इनसेंटिव जिहड़ा उहनी दे रहे। डी एस आर विधि राही मन्ने आ इह 1500 रुपया। हुण फसलां जिहड़ियां ने साडियां 1,00,000 एकड़ तो वध जिहड़ी है नवीं जिहड़ी है बीमारी हुण आई है इहने झोना ते बासमती खराब कर दित्ती है, उहदियां गिरदावरियां करवाउण तक दा जी इहनां नां नहीं लै रहे। पिछले समें दे दौरान हड़ां गड़ेमारी दे नाल निरमा खराब होया, बासमती खराब हुई, उहदा मुआवजा पिया उह नहीं इह दे रहे। कुल किन्नियां होंगे? कुल तां साडियां 35 ने जी, जिन्हां दे उत्ते असीं अज इत्थे बैठे हां। कदों तक धरना जारी रहेगा? धरना मंगां पूरियां हुण तक जारी रहेगा। ਕੀ ਲੱਗਦਾ ਮੁੱਖਮੰਤਰੀ ਕਦੋਂ ਤੱਕ ਜਿਹੜਾ ਵਾ ਮੰਗਾਂ ਮੀਟਿੰਗ ਲਈ ਸੱਦਣਗੇ ਤੇ ਮੰਗਾਂ ਮੰਨਣਗੇ? ਮੇਰੇ ਤੋਂ ਪਹਿਲਾਂ ਸਾਡੇ ਪ੍ਰਧਾਨ ਜੀ ਸੁਖਦੇਵ ਸਿੰਘ ਭੋਜਰਾਜ ਜੀ ਨੇ ਤੁਹਾਨੂੰ ਡਿਟੇਲ ਨਾਲ ਇਹਦੇ ਬਾਰੇ ਦੱਸਿਆ ਜੀ। ਹਾਂਜੀ, ਇਹਦੇ 'ਚ ਜੋ ਵੀ ਮੇਨ ਮੰਗਾਂ ਨੇ ਸਾਡਾ, ਇੱਕ ਤਾਂ ਗੰਨੇ ਦਾ ਵੀ ਇਹਦੇ 'ਚ ਮੇਨ ਮੰਗ ਆ। ਗੰਨੇ ਦੀ ਲਾਗਤ ਬਹੁਤ ਵੱਧ ਚੁੱਕੀ ਆ ਅਤੇ ਇਹਦੇ 'ਚ 480 ਰੁਪਏ ਜਿਹੜੀ ਆ ਇਹ ਕੀਮਤ ਮੰਗ ਕਰ ਰਹੇ ਸਾਡੇ ਕਿਸਾਨ ਯੂਨੀਅਨ। ਇੱਕ ਤਾਂ ਉਹ ਕੀਮਤ 480 ਰੁਪਏ ਦਿੱਤੀ ਜਾਵੇ, ਇੱਕ ਸਾਨੂੰ ਆਉਣ ਵਾਲੇ ਸੀਜ਼ਨ 'ਚ ਨਗਦ ਅਦਾਇਗੀ ਜਿਹੜੀ ਆ ਉਹ ਗੰਨੇ ਦੀ ਕੀਤੀ ਜਾਵੇ। ਕਿਉਂਕਿ ਗੰਨੇ ਦੀ ਗੰਨਾ ਲੈ ਤਾਂ ਲੈਂਦੀਆਂ ਨੇ ਮਿੱਲਾਂ ਅਤੇ 8 ਜਾਂ 10 ਮਹੀਨੇ ਬਾਅਦ ਉਹਦੀ ਪੇਮੈਂਟ ਮਿਲਦੀ ਹੈ। ਇੱਕ ਪਾਸੇ ਤਾਂ ਸਰਕਾਰਾਂ ਇਹ ਕਹਿ ਰਹੀਆਂ ਨੇ ਕਿ ਪਾਣੀ ਨੂੰ ਬਚਾਉਣ ਲਈ ਤੁਸੀਂ ਝੋਨੇ ਹੇਠੋਂ ਰਕਬਾ ਕਢਾਓ, ਅਤੇ ਝੋਨੇ ਦਾ ਜਿਹੜਾ ਬਦਲਾ ਸਾਡੇ ਇਲਾਕੇ ਵਿੱਚ ਗੰਨਾ ਹੀ ਹੈ। ਕਿਉਂਕਿ ਸਾਡੇ ਇਲਾਕੇ 'ਚ ਜਿਹੜੀਆਂ ਨੇ ਦੋ ਤਾਂ ਸਹਿਕਾਰੀ ਮਿੱਲਾਂ ਨੇ ਸਾਡੇ ਨਾਲ ਹੀ, ਜਿੱਥੇ ਅਸੀਂ ਖੜ੍ਹੇ ਹਾਂ ਇੱਥੋਂ 7-8 ਕਿਲੋਮੀਟਰ 'ਤੇ ਬਟਾਲਾ ਇੱਕ ਸਹਿਕਾਰੀ ਮਿੱਲ ਆ, ਇੱਥੋਂ 20-25 ਕਿਲੋਮੀਟਰ 'ਤੇ ਪਠਾਨਕੋਟ ਵਾਲੀ ਸਾਈਡ 'ਤੇ ਗੁਰਦਾਸਪੁਰ ਜਿਹੜੀ ਆ ਉਹ ਮਿੱਲ ਆ, ਔਰ ਇਸ ਤੋਂ ਇਲਾਵਾ ਵੀ ਸਾਡੇ ਲਾਗੇ ਪ੍ਰਾਈਵੇਟ ਮਿੱਲਾਂ ਵੀ ਨੇ ਮੁਕੇਰੀਆਂ। ਸਰਕਾਰ ਨਹੀਂ ਸੱਦਦੀ, ਨਹੀਂ ਮੰਗਾਂ ਮੰਨਦੀ? ਦੇਖੋ ਜੀ, ਜੋ ਸਾਡੇ ਪ੍ਰਧਾਨ ਜੀ ਨੇ ਐਲਾਨ ਕੀਤਾ ਅਸੀਂ ਬਿਲਕੁਲ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ, ਔਰ ਅਸੀਂ ਅਣਮਿੱਥੇ ਸਮੇਂ ਲਈ ਜਿਹੜਾ ਇਹ ਧਰਨਾ ਲਗਾਵਾਂਗੇ। ਕਿਸਾਨ ਖੁਸ਼ੀ ਨਾਲ ਨਹੀਂ ਆਉਂਦੇ ਜੀ, ਜਦੋਂ ਕਿਸਾਨਾਂ ਦੇ ਅੰਦਰੋਂ ਦਰਦ ਝਲਕਦਾ ਉਹਨਾਂ ਨੂੰ ਉਹਨਾਂ ਦੀਆਂ ਜਿਹੜੀਆਂ ਨੇ ਜਾਇਜ਼ ਮੰਗਾਂ ਉਹਨਾਂ ਦੇ ਮਿਹਨਤਾਨਾ ਹੱਕ ਨਹੀਂ ਮਿਲਦੇ, ਉਹ ਫੇਰ ਹੀ ਸੜਕਾਂ 'ਤੇ ਆਉਂਦੇ ਜੀ। ਕੀ ਲੱਗਦਾ ਕਦੋਂ ਤੱਕ ਮੁੱਖ ਮੰਤਰੀ ਬਣ ਸਕਦੇ? ਵੇਖੋ ਜੀ, ਜੋ ਹੁਣ ਤੱਕ ਪਿਛਲੀਆਂ 2 ਮੀਟਿੰਗਾਂ ਹੋ ਚੁੱਕੀਆਂ ਮੁੱਖ ਮੰਤਰੀ ਸਾਹਿਬ ਨਾਲ, ਉਹਦੇ 'ਚ ਤਾਂ ਉਹਨਾਂ ਨੇ ਵਾਅਦਾ ਖਿਲਾਫੀ ਕੀਤੀ ਹੈ, ਮੰਨਣ ਵਾਲੀ ਤਾਂ ਕੋਈ ਗੱਲ ਹੀ ਨਹੀਂ। 2 ਤਰੀਕ ਨੂੰ ਮੀਟਿੰਗ ਹੋਈ, ਉਹਦੇ 'ਚ ਉਹਨਾਂ ਨੇ ਸਾਡੀਆਂ 28 ਮੰਗਾਂ ਮੰਨੀਆਂ ਸੀ, ਪਰ ਉਹਨਾਂ ਦੇ ਵਿੱਚ ਉਹਨਾਂ ਨੇ ਕੋਈ ਵੀ ਪੂਰੀ ਨਹੀਂ ਕੀਤੀ। ਜਿਹੜਾ 470 ਰੁਪਈਏ ਗੰਨੇ ਦਾ ਰੇਟ ਆ, ਇਹ ਕੋਈ ਅਸੀਂ ਮੰਗ ਨਹੀਂ ਰਹੇ, ਇਹ ਤਾਂ ਕਾਸਟ ਆਫ ਪ੍ਰੋਡਕਸ਼ਨ ਆ। ਜਦੋਂ ਸਾਡੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਮੀਟਿੰਗ ਹੋਈ ਸੀਗੀ, ਅਤੇ ਉਹਦੇ ਵਿੱਚ ਉਹਨਾਂ ਦੇ ਮਾਹਰਾਂ ਨੇ ਇਹ ਕਾਸਟ ਆਫ ਪ੍ਰੋਡਕਸ਼ਨ ਕੱਢੀ ਸੀ ਵੀ 470 ਰੁਪਈਏ ਹੈ, ਸਾਨੂੰ ਰੇਟ ਦਿੱਤਾ ਜਾ ਰਿਹਾ 370 ਰੁਪਈਏ, 100 ਰੁਪਈਆ ਤਾਂ ਸਾਡੀ ਕਾਸਟ 'ਚੋਂ ਨਹੀਂ ਦਿੱਤਾ ਜਾ ਰਿਹਾ ਜੀ। ਅਤੇ ਇਹ ਕਈ ਮਸਲੇ ਨੇ, ਜਿੱਦਾਂ ਕੰਪਨਸੇਸ਼ਨ ਦਾ ਮਸਲਾ ਸੀ, ਜਿਹੜੇ ਕਿਸਾਨ ਹੁਣ ਨਹੀਂ ਮੰਨਦੇ।